ਜੀਨਾਦਰੀ ਨੇ ਤੁਸੀਂ ਵੇਖਦੇ ਪਏ ਹੋ ਐਫ ਐਮ ਗੱਡੀ ਹੈ, ਇਸ ਦਾ ਇਹ ਗੇਅਰ ਹੈ ਪਿਆ ਸਰ ਜੀ। ਇਹ ਜਿਹੜਾ ਗੇਅਰ ਹੈ ਇਹ ਇੱਕ ਪਹਿਲੇ ਲੱਗਾ ਹੋਇਆ, ਯਾਨੀ ਇੱਕ ਵੀ ਲਿਖਿਆ ਹੋਇਆ, ਪੰਜ ਵੀ ਲਿਖੇ ਹੋਣ, ਇਹਦਾ ਕੀ ਸਿਸਟਮ ਹੈ, ਕੀ ਇਹਦਾ? ਇਹ ਇੱਕੋ ਹੀ ਖਾਂਚੇ ਦੇ ਵਿੱਚ ਸਾਰੇ ਗੇਅਰ, ਚਾਰ ਖਾਂਚੇ ਨੇ ਇਹਦੇ। ਅੱਛਾ, ਠੀਕ ਹੈ। ਇਹ ਰਿਵਰਸ ਦਾ ਵੇ, ਸਹੀ। ਇਹ ਲੋ ਗੇਅਰ ਹੈ, ਸਹੀ। ਇਹ ਉੱਤੇ ਕਰਕੇ ਇਹ ਹਾਈ ਹੈ। ਅੱਛਾ, ਇਹਦਾ ਇਹ ਬਟਨ ਲੱਗਾ ਹੋਇਆ। ਅੱਛਾ, ਇਹ ਬਟਨ ਲੱਗਾ ਹੋਇਆ ਇਹਨੂੰ ਸਰ ਜੀ। ਇਹ ਥੱਲੇ ਬਟਨ ਹੋਵੇ ਤਾਂ ਇਹਦਾ ਕੀ ਸਿਸਟਮ? ਇਹ ਲੋ ਵਿੱਚ ਹੈ, ਇਹ ਲੋ ਗੇਅਰ। ਅੱਛਾ, ਥੱਲੇ ਬਟਨ ਹੋਵੇ ਤਾਂ ਤੁਸੀਂ ਨਾਜ਼ਰੀਨ ਜਿਹੜਾ ਗੇਅਰ ਵੀ ਲੈ ਸੋ ਉਹ ਲੋ ਲੱਗ ਸੀ। ਲੋ ਲੱਗ ਸੀ ਜੀ, ਹਾਂ ਸਹੀ ਹੈ। ਅੱਛਾ, ਉੱਤੇ ਬਟਨ ਕਰੇ ਸੋ ਨਾਜ਼ਰੀਨ ਇਹ ਥੱਲੇ ਬਟਨ ਹੋਵੇ, ਜਿਹੜਾ ਇਹ ਛੋਟਾ ਜਿਹਾ ਬਟਨ ਤੋਂ ਨਜ਼ਰ ਆ ਰਿਹਾ, ਇਹ ਥੱਲੇ ਹੋਵੇ ਤਾਂ ਇਹਦੇ ਖਰਗੋਸ਼ ਦੀ ਸ਼ਕਲ ਆ ਜਾਂਦੀ ਹੈ, ਇਹ ਤਾਂ ਨਜ਼ਰ ਆ ਰਹੀ ਹੈ। ਥੱਲੇ ਹੋਵੇ ਤਾਂ ਕਛਵਾ ਹੈ। ਅੱਛਾ, ਥੱਲੇ ਹੋਵੇ ਤਾਂ ਨਾਜ਼ਰੀਨ ਤੁਹਾਨੂੰ ਕਛੂਏ ਦੀ ਸ਼ਕਲ ਨਜ਼ਰ ਆ ਰਹੀ ਹੋ ਸੀ, ਲੈਟ ਕਛੂਏ ਦੀ, ਯਾਨੀ ਕਛੂਏ ਦੀ ਰਫਤਾਰ ਹੈ। ਕੋਈ ਵੀ ਗੇਅਰ ਤੁਸੀਂ ਅਗਰ ਲੈਂਦੇ ਹੋ ਨਾ ਤਾਂ ਇਹ ਲਕਸੀ ਲੋ ਗੇਅਰ। ਅੱਛਾ ਸਰ ਜੀ, ਉੱਤੇ ਕਰੋ ਥੋੜ੍ਹਾ ਜਿਹਾ ਜੀ। ਨਾਜ਼ਰੀਨ ਇਹ ਖਰਗੋਸ਼ ਦੀ ਸ਼ਕਲ ਤੋਂ ਨਜ਼ਰ ਆ ਰਹੀ ਹੈ, ਇੱਥੇ ਇਹ ਖਰਗੋਸ਼ ਦੀ ਸ਼ਕਲ ਆ ਗਈ। ਇਹ ਖਰਗੋਸ਼ ਵਾਲੀ ਲਾਈਟ ਆਨ ਹੋਵੇ ਤਾਂ ਤੁਸੀਂ ਜਿਹੜਾ ਗੇਅਰ ਵੀ ਇੱਧੂ ਲੈ ਸੋ, ਮਕਸਦ ਇੱਥੇ ਜਿਹੜਾ ਗੇਅਰ ਵੀ ਲੈ ਸੋ ਉਹ ਤੁਹਾਡਾ ਗੇਅਰ ਲੱਗਸੀ ਹਾਈ। ਅਤੇ ਯਾਨੀ ਪਹਾੜ 'ਚ ਸਰ ਜੀ ਤੁਰਨਾ ਹੋਵੇ ਤਾਂ ਤੁਸੀਂ ਇਹ ਇਹਨੂੰ ਖਰਗੋਸ਼ 'ਤੇ ਕਰ ਛੱਡਦੇ ਹੋ? ਨਹੀਂ, ਪਹਾੜ ਕਛਵਾ ਟੋ। ਅੱਛਾ, ਪਹਾੜ ਤੁਸੀਂ ਚੱਲਣਾ ਤਾਂ ਤੁਸੀਂ ਇਸ ਬਟਨ ਨੂੰ ਥੱਲੇ ਥੱਲੇ ਕਰ। ਅੱਛਾ, ਅਗਰ ਤੁਸੀਂ ਚੱਲਣਾ ਸਪੀਡ ਰੋਡ 'ਤੇ ਚੱਲਣਾ ਤਾਂ ਮੋੜੇ ਬਟਨ ਉੱਤੇ ਕਰ। ਜੀ ਨਾਜ਼ਰੀਨ, ਇਹ ਅੱਜ ਦੀ ਸਾਡੀ ਛੋਟੀ ਜਿਹੀ ਵੀਡੀਓ। ਉਮੀਦ ਕਰਾਂ ਤੁਹਾਨੂੰ ਵੀਡੀਓ ਪਸੰਦ ਆਈ ਅਸੀਂ, ਔਰ ਮਜ਼ੀਦ ਇਸ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਔਰ ਨਾਲ ਲੱਗੇ ਹੋਏ ਘੰਟੀ ਦੇ ਨਿਸ਼ਾਨ ਨੂੰ ਜ਼ਰੂਰ ਦਬਾਉਣਾ। ਤਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਅੱਲਾ ਹਾਫਿਜ਼।